ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਨਵੇਂ ਸ਼ਹਿਰ ਸ਼ਿਫਟ ਹੋਣ ਮਗਰੋਂ ਸਭ ਤੋਂ ਵੱਧ ਫਿਕਰ ਨਿੱਕੀ ਧੀ ਦੀ ਸੀ ਬੜੀ ਅਜੀਬ ਆਦਤ ਹੋਇਆ ਕਰਦੀ ਸੀ ਉਹਦੀ ਕਿਸੇ ਉਪਰੇ ਨੂੰ ਵੇਖਦਿਆਂ ਸਾਰੀ ਉੱਚੀ ਉੱਚੀ ਰੋਣ ਲੱਗ ਪੈਂਦੀ ਹਰ ਵੇਲੇ ਇਹੋ ਚਿੰਤਾ ਜਦੋਂ ਦੋਵੇਂ ਚਲੇ ਜਾਇਆ ਕਰਾਂਗੇ ਤਾਂ ਇਹਨੂੰ ਕਿਸ ਕੋਲ ਛੱਡਾਂਗੇ ਅਖੀਰ ਨੈਣੀ ਵਾਸਤੇ ਇਸ਼ਤਿਹਾਰ ਦੇ ਦਿੱਤਾ ਕਿੰਨੀਆਂ ਦਸਾਂ ਪਈਆਂ ਬੜੇ ਥਾਵਾਂ ਤੋਂ ਕਾਲਾਂ ਵੀ ਆਈਆਂ ਪਰ ਤਸੱਲੀ ਕਿਦਰੇ ਵੀ ਨਾ ਹੋਈ ਹਰੇਕ ਥਾਂ ਕੋਈ ਨਾ ਕੋਈ ਅਜੀਬ ਜਿਹੀ ਸ਼ਰਤ ਹੁੰਦੀ। 8 ਵਜੇ ਛੱਡਣਾ ਪੈਣਾ, 8 ਵਜੇ ਲੈਣ ਆਉਣਾ। ਕਿਸੇ ਦੇ ਘਰ ਦਾ ਮਾਹੌਲ ਬੜਾ ਅਜੀਬ ਜਿਹਾ। ਕਿਧਰੇ ਕੁਝ ਸ਼ਰਾਰਤੀ ਬੱਚੇ تھے, ਕਿਧਰੇ ਗੰਦੇ ਜਿਹੇ ਪਾਲਤੂ ਜਾਨਵਰ। ਅਖੀਰ ਇੱਕ ਬਜ਼ੁਰਗ ਜੋੜੇ ਦੀ ਦੱਸ ਪਈ। ਨੇੜੇ ਹੀ ਰਹਿੰਦੇ ਸਨ। ਸਾਡੇ ਵਾਂਗ ਇੱਥੇ ਆਏ ਵੀ ਨਵੇਂ-ਨਵੇਂ ਹੀ ਸਨ। ਅੰਕਲ ਹੁਣੇ-ਹੁਣੇ ਕਿਸੇ ਵੱਡੀ ਪੋਸਟ ਤੋਂ ਰਿਟਾਇਰ ਹੋਏ ਸਨ। ਉੱਥੇ ਆਪਣੇ ਤਾਂ ਆਪਣੀ ਕਹਾਣੀ ਛੇੜ ਲਈ। ਤਿੰਨ ਪੁੱਤਰ ਸਨ। ਦੋ ਪਰਿਵਾਰਾਂ ਸਨੇ ਬਾਹਰ ਚਲੇ ਗਏ ਤੇ ਨਿੱਕਾ ਐਕਸੀਡੈਂਟ ਚ ਪੂਰਾ ਹੋ ਗਿਆ ਸੀ ساری ਉਮਰ ਧੀ ਦੀ ਬਸ ਖੁਆਇਸ਼ ਹੀ ਰਹੀ ਹੈਰਾਨਗੀ ਇਸ ਗੱਲ ਦੀ ਸੀ ਕਿ ਸਵੇਰਾ ਨਿੱਕੀ ਦੋਹਾਂ ਕੋਲ ਬੜੇ ਆਰਾਮ ਨਾਲ ਚਲੀ ਗਈ ਨਾ ਰੋਈ ਨਾ ਹੀ ਕੋਈ ਜ਼ਿੱਦ ਕੀਤੀ ਮੈਨੂੰ ਇੰਜ ਲੱਗਿਆ ਕੋਈ ਮੂੰਹ ਮੰਗੀ ਮੁਰਾਦ ਪੂਰੀ ਹੋ ਗਈ ਹੋਵੇ ਬਸ ਇੱਕੋ ਗੱਲ ਦਾ ਹੀ ਤੁੜਕੂ ਸੀ ਵੀ ਹੁਣ ਪੈਸੇ ਪਤਾ ਨਹੀਂ ਕਿੰਨੇ ਮੰਗ ਲੈਣਗੇ ਅਖੀਰ ਪੁੱਛ ਹੀ ਲਿਆ ਅੰਕਲ ਮਹੀਨੇ ਦੇ ਕਿੰਨੇ ਪੈਸੇ ਹੋਣਗੇ ਇਹ ਸਵਾਰ ਅੰਕਲ ਤਾਂ ਚੁੱਪ ਰਹੇ ਪਰਾਂਟੀ ਬੋਲ ਪਈ ਤੇ ਪੈਸਾ ਤੇ ਅਸੀਂ ਕੋਈ ਨਹੀਂ ਲਿਆ ਕਰਨਾ ਬਸ ਸਾਡੀ ਇੱਕੋ ਸ਼ਰਤ ਤੇ ਡਰਦੀ ਨੇ ਛੇਤੀ ਨਾਲ ਫੇਰ ਪੁੱਛ ਲਿਆ ਕਿਹੜੀ ਸ਼ਰਤ ਜੀ ਆਖਣ ਲੱਗੇ ਇਸ ਕਲੋਨੀ ਚ ਜੇ ਕੋਈ ਪੁੱਛੇ ਕਿ ਇਹਨੂੰ ਕਿੱਥੇ ਛੱਡ ਦਿਓ ਤਾਂ ਇਹ ਬਿਲਕੁਲ ਵੀ ਨਹੀਂ ਆਖਣਾ ਕਿ ਨੈਣੀ ਕੋਲ ਛੱਡਦੇ ਆ ਬਸ ਇਹੀ ਆਖਣਾ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਏ ਗਿੱਲੀਆਂ ਅੱਖਾਂ ਨਾਲ ਘਰੇ ਤੁਰੀ ਆਉਂਦੀ ਨੂੰ ਪਿੱਛੇ ਜੇ ਮੁੱਕ ਗਈ ਮਾਂ ਚੇਤੇ ਆ ਗਈ ਕਿਸੇ ਦੁਖਿਆਰੇ ਨੂੰ ਵੇਖਦੀ ਤਾਂ ਬੋਲਣ ਲੱਗ ਜਾਂਦੀ ਖੇਤੀ ਇਹ ਦੁਨਿਆਵੀ ਟੋਏ ਟਿੱਬੇ ਤੇ ਮਨੁੱਖ ਸਦੀਆਂ ਤੋਂ ਪੂਰਦਾ ਹੀ ਆਇਆ ਪਰ ਮਾਤੜਾਂ ਦੇ ਮਨਾਂ ਅੰਦਰ ਪੈਦਾ ਹੋ ਗਏ ਬਿਨਾ ਥੱਲੇ ਦੇ ਕੁਝ ਐਸੇ ਖੂਏ ਐਸੇ ਵੀ ਹੁੰਦੇ ਨੇ ਕਿ ਭਾਵੇਂ ਜਿੰਨੇ ਮਰਜ਼ੀ ਭਰੀ ਜਾਓ ਕਦੀ ਨਹੀਂ ਭਰਦੇ ਧੰਨਵਾਦ